ਹੈਲੋ एवरीवन, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਵਿਕਟਰੀ ਵੇ ਪੰਜਾਬ ਦੇ ਉੱਪਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਾਰੀਆਂ ਕਲਾਸਾਂ ਦੀ ਸੀਰੀਜ਼ ਸ਼ੁਰੂ ਕਰੀ ਹੋਈ ਹੈ, ਉਦਾਂ ਹੀ ਅੱਜ ਆਪਾਂ ਜੋਗ੍ਰਾਫੀ ਦੇ ਸੋਲਰ ਸਿਸਟਮ ਦੇ ਮੋਸਟ ਇੰਪੋਰਟੈਂਟ MCQ ਕਰਨ ਜਾ ਰਹੇ ਹਾਂ। ਇਹ ਕਲਾਸ ਤੁਹਾਡੀ ਪੰਜਾਬ ਪੁਲਿਸ ਸੀਨੀਅਰ ਅਸਿਸਟੈਂਟ ਕਲਰਕ 2024 ਜਿੰਨੇ ਵੀ ਇਗਜ਼ਾਮ ਨੇ, ਅਪਕਮਿੰਗ ਇਗਜ਼ਾਮ, ਉਹਨਾਂ ਲਈ ਬਹੁਤ ਮਹੱਤਵਪੂਰਨ ਰਹੇਗੀ, ਕਿਉਂਕਿ ਜੋਗ੍ਰਾਫੀ ਸਭ ਦੇ ਵਿੱਚ ਸੇਮ ਹੁੰਦੀ ਹੈ। ਜੇਕਰ ਇਸ ਤੋਂ ਪਹਿਲਾਂ ਤੁਸੀਂ ਇਸ ਕਲਾਸ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਾ ਕੇ ਸ਼ੇਅਰ ਲਾਈਕ ਸਬਸਕ੍ਰਾਈਬ ਕਰ ਦਿਓ, ਤਾਂ ਜੋ ਤੁਹਾਨੂੰ ਵੀ ਨੋਟੀਫਿਕੇਸ਼ਨ ਸਮੇਂ ਸਿਰ ਮਿਲਦਾ ਰਹੇ ਅਤੇ ਤੁਹਾਡੇ ਨਾਲ ਦੋਸਤਾਂ ਨੂੰ ਵੀ ਪੜ੍ਹਾਈ ਦੇ ਵਿੱਚ ਈਜ਼ੀ ਹੋ ਸਕੇ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਨਾਲ ਆਫਲਾਈਨ ਜੁੜਨਾ ਚਾਹੁੰਦੇ ਹੋ ਤਾਂ ਜੁੜ ਸਕਦੇ ਹੋ, ਨੇੜੇ ਪੰਜਾਬ ਨੈਸ਼ਨਲ ਬੈਂਕ ਮੇਨ ਬ੍ਰਾਂਚ ਫਰੀਦਕੋਟ। ਅੱਜ ਦੇ ਪਹਿਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ ਆਪਾਂ। ਸਾਡੇ ਸੌਰ ਮੰਡਲ ਵਿੱਚ ਕਿੰਨੇ ਗ੍ਰਹਿ ਮੌਜੂਦ ਹਨ? ਸਾਡੇ ਸੌਰ ਮੰਡਲ ਦੇ ਵਿੱਚ ਕਿੰਨੇ ਗ੍ਰਹਿ ਮੌਜੂਦ ਆ ਜੀ? ਆਪਸ਼ਨ ਸੀ ਕਰੈਕਟ ਆਨਸਰ, 8 ਗ੍ਰਹਿ ਨੇ। ਪਹਿਲਾਂ 9 ਗ੍ਰਹਿ ਹੁੰਦੇ ਸੀ, ਬਟ 2006 ਦੇ ਵਿੱਚ ਇੰਟਰਨੈਸ਼ਨਲ ਐਸਟ੍ਰੋਨੋਟੀਕਲ ਯੂਨੀਅਨ ਨੇ 2006 ਦੇ ਵਿੱਚ ਪਲੂਟੋ ਗ੍ਰਹਿ ਨੂੰ ਗ੍ਰਹਿ ਦਾ ਦਰਜਾ ਨਹੀਂ ਦਿੱਤਾ, ਕਿਉਂਕਿ ਉਹ ਜਿਹੜਾ ਗ੍ਰਹਿ ਸੀਗਾ ਉਹ ਗ੍ਰਹਿ ਹੋਣ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਸੀਗਾ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਆਪਣੇ ਟੋਟਲ 8 ਗ੍ਰਹਿ ਨੇ, ਜਿਹੜੇ ਪਹਿਲੇ 4 ਗ੍ਰਹਿ ਨੇ ਇਹ ਰੌਕ ਤੋਂ ਬਣੇ ਹੋਏ ਨੇ, ਬਾਕੀ ਜਿਹੜੇ ਦੂਸਰੇ 4 ਗ੍ਰਹਿ ਨੇ ਉਹ ਗੈਸਿਸ ਤੋਂ ਬਣੇ ਹੋਏ ਨੇ। ਪਹਿਲੇ 'ਤੇ ਕਿਹੜਾ ਗ੍ਰਹਿ ਆ ਜਾਂਦਾ ਜੀ? ਮਰਕਰੀ। ਦੂਸਰੇ 'ਤੇ ਕਿਹੜਾ ਆ ਜਾਂਦਾ? ਵੀਨਸ। ਤੀਸਰੇ 'ਤੇ ਅਰਥ। ਚੌਥੇ 'ਤੇ ਮਾਰਸ। ਇਹ ਸੂਰਜ ਦੇ ਜਿਹੜੇ ਸਟਾਰਟਿੰਗ ਹੈ, ਜਿੱਥੇ ਸੂਰਜ ਹੈਗਾ ਉਧਰਲੀ ਸਾਈਡ ਤੋਂ ਸੀਕੁਐਂਸ ਵਾਈਜ਼ ਦੇ ਵਿੱਚ ਪਹਿਲਾਂ ਮਰਕਰੀ ਆ, ਦੂਸਰਾ ਵੀਨਸ ਆ, ਤੀਸਰਾ ਅਰਥ, ਚੌਥਾ ਮਾਰਸ, ਪੰਜਵਾਂ ਜੁਪੀਟਰ, ਛੇਵਾਂ ਸੈਟਰਨ, ਸੱਤਵਾਂ ਯੂਰੇਨਸ, ਅੱਠਵਾਂ ਨੈਪਚੂਨ। ਠੀਕ ਹੈ ਜੀ, ਇਹਨੂੰ ਮੈਂ ਅਰੇਜ਼ ਕਰਦਾ ਔਰ ਤੁਹਾਨੂੰ ਹੁਣ ਮੈਂ ਦੱਸਦਾ ਜੇਕਰ ਪੁੱਛ ਲਏ ਕਿ ਸਭ ਤੋਂ ਵੱਡਾ ਗ੍ਰਹਿ ਕਿਹੜਾ, ਫਿਰ ਆ ਜਾਏਗਾ ਆਪਸ਼ਨ 1 ਜੁਪੀਟਰ ਆ ਜਿਹੜਾ ਉਹ ਸਭ ਤੋਂ ਵੱਡਾ ਗ੍ਰਹਿ, ਦੂਸਰੇ 'ਤੇ ਸੈਟਰਨ, ਤੀਸਰੇ 'ਤੇ ਯੂਰੇਨਸ, ਚੌਥੇ 'ਤੇ ਨੈਪਚੂਨ, ਔਰ ਪੰਜਵੇਂ 'ਤੇ ਕਿਹੜਾ ਜੀ? ਪੰਜਵੇਂ 'ਤੇ ਆਪਣੀ ਧਰਤੀ, ਛੇਵੇਂ 'ਤੇ ਵੀਨਸ, ਸੱਤਵੇਂ 'ਤੇ ਮਾਰਸ, ਔਰ ਅੱਠਵੇਂ 'ਤੇ ਮਰਕਰੀ। ਠੀਕ ਹੈ ਜੀ, ਇਹ ਹੋ ਗਿਆ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਸਾਡੇ ਸੂਰਜ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ? ਹੁਣ ਇਹ ਤੁਹਾਨੂੰ ਦੱਸ ਕੇ ਆਇਆ ਜੀ, ਸਾਡੇ ਸੂਰਜ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਜੀ? ਸਾਡੇ ਸੂਰਜ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਜੀ? ਆਪਸ਼ਨ ਬੀ ਕਰੈਕਟ ਆਂਸਰ, ਜੁਪੀਟਰ। ਕਿਹੜਾ ਜੀ? ਆਪਸ਼ਨ ਬੀ ਕਰੈਕਟ ਆਂਸਰ, ਜੁਪੀਟਰ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਕਿਸ ਗ੍ਰਹਿ ਨੂੰ ਲਾਲ ਗ੍ਰਹਿ ਵਜੋਂ ਜਾਣਿਆ ਜਾਂਦਾ ਜੀ? ਕਿਸ ਗ੍ਰਹਿ ਨੂੰ ਲਾਲ ਗ੍ਰਹਿ ਵਜੋਂ ਜਾਣਿਆ ਜਾਂਦਾ? ਇਹ ਜਾਣਿਆ ਜਾਂਦਾ ਮਾਰਸ ਨੂੰ। ਕਿਹਨੂੰ ਜਾਣਿਆ ਜਾਂਦਾ ਜੀ? ਆਪਸ਼ਨ ਸੀ ਕਰੈਕਟ ਆਂਸਰ, ਮਾਰਸ। ਕਿਹਨੂੰ ਜਾਣਿਆ ਜਾਂਦਾ ਜੀ? ਮਾਰਸ ਨੂੰ। ਕਿਉਂ ਜਾਣਿਆ ਇਹ ਮਾਰਸ ਕਿਉਂ ਹੈ ਜੀ ਲਾਲ ਗ੍ਰਹਿ? ਕਿਉਂਕਿ ਇੱਥੇ ਆਇਰਨ ਦੀ ਮਾਤਰਾ ਜਿਹੜੀ ਸਭ ਤੋਂ ਜ਼ਿਆਦਾ ਹੈਗੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਸਾਡੇ ਸੂਰਜ ਸਿਸਟਮ ਦਾ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ? ਸਾਡੇ ਸੂਰਜ ਸਿਸਟਮ ਦਾ ਸਭ ਤੋਂ ਗਰਮ ਗ੍ਰਹਿ ਕਿਹੜਾ ਜੀ? ਵੀਨਸ। ਕਿਉਂ ਹੈ ਜੀ? ਇੱਥੇ ਕਾਰਬਨ ਡਾਈਆਕਸਾਈਡ ਜ਼ਿਆਦਾ ਪਾਈ ਜਾਂਦੀ ਹੈ, CO2 ਜ਼ਿਆਦਾ ਪਾਈ ਜਾਂਦੀ ਹੈ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਸੌਰ ਮੰਡਲ ਵਿੱਚ ਸਭ ਤੋਂ ਵੱਡਾ ਜਵਾਲਾਮੁਖੀ ਕਿਸ ਗ੍ਰਹਿ ਤੇ ਹੈ ਜੀ? ਇਹ ਹੈਗਾ ਜੀ ਆਪਸ਼ਨ ਸੀ ਕਰੈਕਟ ਆਂਸਰ, ਮਾਰਸ ਤੇ। ਕਿੱਥੇ ਹੈ ਜੀ? ਮਾਰਸ ਤੇ ਸਭ ਤੋਂ ਵੱਡਾ ਜਵਾਲਾਮੁਖੀ
ਪਾਇਆ ਜਾਂਦਾ ਹੈ ਜੀ। ਅਗਲਾ ਕੁਐਸਚਨ, ਕਿਹੜੇ ਗ੍ਰਹਿ ਉੱਤੇ ਸਭ ਤੋਂ ਵੱਧ ਚੰਦਰਮਾ ਹਨ? ਸਭ ਤੋਂ ਵੱਧ ਚੰਦਰਮਾ ਕਿਹੜੇ ਗ੍ਰਹਿ ਉੱਪਰ ਹਨ ਜੀ? ਇਹ ਨੇ ਸੈਟਰਨ ਤੇ। ਅੱਗੇ ਕੁਐਸਚਨ ਆਏਗਾ ਜੀ, ਕਿਹੜੇ ਗ੍ਰਹਿ ਤੇ ਕੋਈ ਵੀ ਚੰਦਰਮਾ ਨਹੀਂ ਹੈਗਾ, ਕਿਸ ਗ੍ਰਹਿ ਦਾ ਕੋਈ ਵੀ ਚੰਦਰਮਾ ਨਹੀਂ ਹੈਗਾ, ਉਹਦਾ ਵੀ ਤੁਸੀਂ ਆਂਸਰ ਦੇਣਾ। ਇਹਦਾ ਕੀ ਆਂਸਰ ਆ ਜਾਏਗਾ ਕਿ ਸਭ ਤੋਂ ਵੱਧ ਚੰਦਰਮਾ ਕਹਿੰਦੇ ਨੇ ਸੈਟਰਨ ਨੂੰ। ਸਾਡੇ ਸੂਰਜ ਸਿਸਟਮ ਵਿੱਚ ਸੂਰਜ ਤੋਂ ਸਭ ਤੋਂ ਦੂਰ ਗ੍ਰਹਿ ਕਿਹੜਾ ਹੈ? ਤੁਹਾਨੂੰ ਦੱਸਿਆ ਸੀਗਾ ਕਿਹੜਾ ਜੀ, ਸਭ ਤੋਂ ਦੂਰ ਗ੍ਰਹਿ ਨੈਪਚੂਨ। ਕਿਹੜਾ ਗਿਆ ਜੀ? ਸੂਰਜ ਦੇ ਮੁਤਾਬਿਕ ਕਿੱਥੇ ਹੈ ਜੀ? ਨੈਪਚੂਨ। ਹਾਂਜੀ, ਡਾਇਗ੍ਰਾਮ ਚ ਦੇਖ ਲੈਣੇ ਜੀ, ਫਿਰ ਹੈ ਜੀ ਨੈਪਚੂਨ। ਠੀਕ ਹੈ ਜੀ, ਦੂਰੀ ਵਾਈਜ਼ ਨੈਪਚੂਨ ਸਭ ਤੋਂ ਮਤਲਬ ਕਿ ਵੱਡਾ, ਏਰੀਆ ਵਾਈਜ਼ ਕਿਹੜਾ ਵੱਡਾ ਗ੍ਰਹਿ ਜੀ? ਜੁਪੀਟਰ। ਸਭ ਤੋਂ ਛੋਟਾ ਗ੍ਰਹਿ ਕਿਹੜਾ ਜੀ? ਏਰੀਆ ਵਾਈਜ਼ ਮਰਕਰੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ, ਕਿਹੜੇ ਗ੍ਰਹਿ ਦਾ ਦਿਨ ਸਭ ਤੋਂ ਛੋਟਾ ਹੁੰਦਾ ਹੈ? ਕਿਹੜੇ ਗ੍ਰਹਿ ਦਾ ਦਿਨ ਸਭ ਤੋਂ ਛੋਟਾ ਹੁੰਦਾ ਜੀ? ਆਪਸ਼ਨ ਏ ਕਰੈਕਟ ਆਂਸਰ, ਵੀਨਸ। ਔਰ ਇੱਥੇ ਆਪਸ਼ਨ ਬੀ ਆਣਾ ਜੀ, ਬਟ ਥੋੜ੍ਹੀ ਜਿਹੀ ਮਿਸਟੇਕ ਹੋ ਚੁੱਕੀ ਹੈ ਪੀਪੀਟੀ ਦੇ ਵਿੱਚ, ਇਹਦਾ ਆਂਸਰ ਆ ਜਾਏਗਾ ਵੀਨਸ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ, ਕਿਹੜੇ ਗ੍ਰਹਿ ਦਾ ਸਭ ਤੋਂ ਵੱਡਾ ਰਿੰਗ ਸਿਸਟਮ ਹੈ? ਕਿਹੜਾ ਗ੍ਰਹਿ ਹੈ ਜੀ ਜਿਹਦਾ ਸਭ ਤੋਂ ਵੱਡਾ ਰਿੰਗ ਸਿਸਟਮ? ਮੰਨ ਲਓ ਕਿ ਇਹ ਗ੍ਰਹਿ, ਇਹ ਇਹਦਾ ਇੱਕ ਰਿੰਗ ਸਿਸਟਮ ਆ, ਕਹਿੰਦਾ ਜੀ ਇਹ ਆਪਸ਼ਨ ਬੀ ਕਰੈਕਟ ਆਂਸਰ, ਸੈਟਰਨ ਦਾ। ਕਿਹੜੇ ਗ੍ਰਹਿ ਦਾ ਕੋਈ ਚੰਦ ਨਹੀਂ ਹੈ? ਤੁਹਾਨੂੰ ਦੱਸਿਆ ਸੀਗਾ ਇੱਕ ਕੁਸ਼ਚਨ ਆਏਗਾ, ਇਹਦਾ ਆਂਸਰ ਦੱਸੋ ਜੀ, ਕਿਹੜੇ ਗ੍ਰਹਿ ਦਾ ਕੋਈ ਵੀ ਚੰਦਰਮਾ ਨਹੀਂ ਹੈਗਾ? ਆਪਸ਼ਨ ਡੀ ਕਰੈਕਟ ਆਂਸਰ, ਵੀਨਸ ਦਾ ਕੋਈ ਵੀ ਚੰਦਰਮਾ ਨਹੀਂ। ਔਰ ਇੱਕ ਗ੍ਰਹਿ ਹੋਰ ਆ ਜਿਹਦਾ ਕੋਈ ਵੀ ਚੰਦਰਮਾ ਨਹੀਂ ਆ, ਉਹਦਾ ਤੁਸੀਂ ਮੈਨੂੰ ਆਂਸਰ ਕਮੈਂਟ ਬਾਕਸ ਦੇ ਵਿੱਚ ਦੇਣਾ ਲਾਸਟ ਦੇ ਵਿੱਚ ਜਦੋਂ ਕਲਾਸ ਖਤਮ ਹੋ ਗਈ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ, ਸਾਡੇ ਸੂਰਜ ਸਿਸਟਮ ਵਿੱਚ ਸੂਰਜ ਦੇ ਸਭ ਤੋਂ ਨੇੜੇ ਗ੍ਰਹਿ ਕਿਹੜਾ ਹੈ? ਹੁਣ ਨੇੜੇ ਦਾ ਪੁੱਛ ਲਿਆ ਕਿ ਸੂਰਜ ਦੇ ਸਿਸਟਮ ਦੇ ਵਿੱਚ, ਸੋਲਰ ਸਿਸਟਮ ਦੇ ਵਿੱਚ ਸਭ ਤੋਂ ਨੇੜੇ ਗ੍ਰਹਿ ਕਿਹੜਾ ਹੈ ਜੀ? ਆਪਸ਼ਨ ਬੀ ਕਰੈਕਟ ਆਂਸਰ, ਮਰਕਰੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ, ਕਿਹੜੇ ਗ੍ਰਹਿ ਦਾ ਦਿਨ ਸਭ ਤੋਂ ਲੰਬਾ ਹੁੰਦਾ ਹੈ? ਕਿਹੜੇ ਗ੍ਰਹਿ ਦਾ ਦਿਨ ਸਭ ਤੋਂ ਲੰਬਾ ਹੁੰਦਾ ਜੀ? ਇਹ ਹੁੰਦਾ ਆਪਸ਼ਨ ਬੀ ਕਰੈਕਟ ਆਂਸਰ, ਵੀਨਸ ਦਾ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ, ਕਿਸ ਗ੍ਰਹਿ ਨੂੰ ਮੋਰਨਿੰਗ ਸਟਾਰ ਕਿਹਾ ਜਾਂਦਾ ਹੈ? ਕਿਹੜੇ ਗ੍ਰਹਿ ਨੂੰ ਮੋਰਨਿੰਗ ਸਟਾਰ ਕਿਹਾ ਜਾਂਦਾ? ਆਪਸ਼ਨ ਡੀ ਕਰੈਕਟ ਆਂਸਰ, ਵੀਨਸ ਨੂੰ ਵੀ ਮੋਰਨਿੰਗ ਸਟਾਰ ਕਿਹਾ ਜਾਂਦਾ। ਔਰ ਦਿਨ ਵੀ ਸਭ ਤੋਂ ਇਹਦੇ ਤੇ ਲੰਬਾ ਹੁੰਦਾ। ਮੋਰਨਿੰਗ ਸਟਾਰ ਕਿਉਂ ਕਿਹਾ ਜਾਂਦਾ ਜੀ? ਇਹ ਜਦੋਂ ਤੁਸੀਂ ਦੇਖਿਆ ਹੋਵੇਗਾ ਕਈ ਵਾਰ ਸ਼ਾਮ ਨੂੰ ਇੱਕ ਤਾਰੇ ਟਾਈਪ ਤੁਹਾਨੂੰ ਦਿਖਦਾ ਹੁੰਦਾ, ਸਭ ਤੋਂ ਪਹਿਲਾਂ ਇਹੀ ਸਭ ਤੋਂ ਗ੍ਰਹਿ ਤੁਹਾਨੂੰ ਸ਼ੋ ਹੁੰਦਾ ਗਾ, ਵੀਨਸ। ਸਾਡੇ ਸੂਰਜੀ ਸਿਸਟਮ ਵਿੱਚ ਨੀਲੇ ਗ੍ਰਹਿ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਮਤਲਬ ਬਲੂ ਪਲੈਨਟ ਕਿਸ ਨੂੰ ਕਿਹਾ ਜਾਂਦਾ ਜੀ? ਇਹ ਕਿਹਾ ਜਾਂਦਾ ਧਰਤੀ ਨੂੰ। ਆਪਸ਼ਨ ਏ ਕਰੈਕਟ ਆਂਸਰ, ਅਰਥ। ਸਾਡੀ ਗਲੈਕਸੀ ਦਾ ਨਾਮ ਕੀ ਹੈ? ਸਾਡੀ ਜਿਹੜੀ ਗਲੈਕਸੀ ਆ ਉਹਦਾ ਨਾਮ ਕੀ ਹੈ ਜੀ? ਉਹਦਾ ਨਾਮ ਹੈਗਾ ਆਪਸ਼ਨ ਸੀ ਕਰੈਕਟ ਆਂਸਰ, ਆਕਾਸ਼ ਗੰਗਾ। ਕੀ ਨਾਮ ਹੈ ਜੀ? ਆਕਾਸ਼ ਗੰਗਾ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ, ਬ੍ਰਹਿਮੰਡ ਦੇ ਰਿਆਨ ਨੂੰ ਕੀ ਕਹਿੰਦੇ ਹਨ? ਮਤਲਬ ਕਿ ਸਟੱਡੀ ਆਫ ਯੂਨੀਵਰਸ ਨੂੰ ਕੀ ਕਹਿੰਦੇ ਨੇ ਜੀ? ਉਹਨੂੰ ਕਹਿੰਦੇ ਨੇ ਆਪਸ਼ਨ ਡੀ ਕਰੈਕਟ ਆਂਸਰ, ਕੋਸਮੋਲੋਜੀ। ਪਤਲੀਆਂ ਗਰਮ ਗੈਸਾਂ ਨਾਲ ਬਣੀ ਸੂਰਜ ਦੇ ਵਾਯੂਮੰਡਲ ਦੀ ਬਾਹਰੀ ਪਰਤ ਨੂੰ ਕੀ ਕਹਿੰਦੇ ਹਨ? ਮਤਲਬ ਕਿ ਸੂਰਜ ਦੇ ਜਿਹੜੀ ਬਾਹਰੀ ਪਰਤ ਹੁੰਦੀ ਹੈਗੀ ਉਹ ਇੱਕ ਪਤਲੀਆਂ ਗੈਸਾਂ ਦੇ ਨਾਲ ਬਣੀ ਹੋਈ ਹੁੰਦੀ ਹੈ, ਉਹਨੂੰ ਕੀ ਕਹਿੰਦੇ ਨੇ? ਉਹਨੂੰ ਕਹਿੰਦੇ ਨੇ ਕੋਰੋਨਾ ਕਹਿ ਦਿੰਦੇ ਨੇ। ਕੀ ਕਹਿੰਦੇ ਜੀ? ਕੋਰੋਨਾ ਕਹਿ ਦਿੰਦੇ ਨੇ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ, ਹੇਠ ਦਿੱਤੇ ਵਿੱਚੋਂ ਕਿਹੜਾ ਅੰਦਰੂਨੀ ਗ੍ਰਹਿ ਜਾਂ ਭੂਮੀ ਗ੍ਰਹਿ ਜਾਂ ਚਟਾਨ ਗ੍ਰਹਿ ਨਹੀਂ ਹੈ? ਵਿਚ ਇਸ ਦੀ ਫੋਲੋਇੰਗ ਇਜ਼ ਨਾਟ ਦੀ ਇਨਰ ਪਲੈਨਟ ਔਰ ਟੈਸਟ ਟੈਰੀਸਟੇਲ ਪਲੈਨਟ ਔਰ ਰੋਕੀ ਪਲੈਨਟ? ਇਹਨਾਂ ਵਿੱਚੋਂ ਕਿਹੜਾ ਅੰਦਰੂਨੀ ਗ੍ਰਹਿ
ਭੂਮੀ ਗ੍ਰਹਿ ਜਾਂ ਚਟਾਨ ਦਾ ਨਹੀਂ ਬਣਿਆ ਹੋਇਆ ਜੀ? ਕਿਹੜਾ ਨਹੀਂ ਬਣਿਆ? ਤੁਹਾਨੂੰ ਮੈਂ ਦੱਸਿਆ ਸੀ ਕਿ ਚਾਰ ਪਲੈਨਟ, ਜਿਹੜੇ ਪਹਿਲੇ ਚਾਰ ਪਲੈਨਟ ਨੇ ਉਹ ਉਹਦੇ ਬਣੇ ਹੋਏ ਨੇ, ਰੌਕਸ ਦੇ ਬਣੇ, ਬਾਕੀ ਚਾਰ ਪਲੈਨਟ ਗੈਸਾਂ ਦੇ ਬਣੇ। ਉਹਦੇ ਵਿੱਚ ਆਂਸਰ ਕੀ ਆ ਜਾਏਗਾ? ਯੂਰੇਨਸ, ਵੀਨਸ, ਮਰਕਰੀ, ਮਾਰਸ ਤੇ ਅਰਥ, ਇਹ ਜਿਹੜੇ ਹੈਗੇ ਚਟਾਨੀ ਗ੍ਰਹਿ ਨੇ, ਅੰਦਰੂਨੀ ਗ੍ਰਹਿ ਵੀ ਨੇ ਇਹ ਤੇ ਇਹ ਭੂਮੀ ਗ੍ਰਹਿ ਵੀ ਨੇ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਗ੍ਰਹਿ ਪੂਰਬ ਤੋਂ ਪੱਛਮ ਵੱਲ ਘੁੰਮਦਾ ਹੈ? ਮਤਲਬ ਕਿ ਨੌਰਥ, ਸਾਊਥ, ਈਸਟ, ਵੈਸਟ, ਈਸਟ ਤੋਂ ਵੈਸਟ ਵੱਲ ਰੋਟੇਟ ਕਰਦਾ ਕਿਹੜਾ ਗ੍ਰਹਿ ਹੈ ਜੀ ਉਹ ਕਿਹੜਾ? ਆਪਸ਼ਨ ਬੀ ਕਰੈਕਟ ਆਂਸਰ, ਵੀਨਸ। ਠੀਕ ਹੈ ਜੀ, ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਧਰਤੀ ਦਾ ਵਿਆਸ ਕਿੰਨਾ ਹੈ? ਧਰਤੀ ਦਾ ਆ ਧਰਤੀ ਹੈ ਜੀ, ਇਹਦਾ ਡਾਇਆਮੀਟਰ ਕਿੰਨਾ ਜੀ? ਟੋਟਲ ਇਹਦਾ ਡਾਇਆਮੀਟਰ ਹੈਗਾ 12,742 ਕਿਲੋਮੀਟਰ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਸੂਰਜ ਦੀ ਰੋਸ਼ਨੀ ਧਰਤੀ ਤੱਕ ਪਹੁੰਚਣ ਲਈ ਲਗਭਗ ਕਿੰਨਾ ਸਮਾਂ ਲੱਗਦਾ ਹੈ? ਸੂਰਜ ਦੀ ਜਿਹੜੀ ਰੋਸ਼ਨੀ ਆ ਧਰਤੀ ਤੱਕ ਪਹੁੰਚਣ ਲਈ ਕਿੰਨਾ ਸਮਾਂ ਲੈਂਦੀ ਹੈ ਜੀ? ਉਹ ਪੈਂਦਾ 8 ਮਿੰਟ 20 ਸੈਕਿੰਡ। ਕਿੰਨੇ ਨੂੰ ਸਮਾਂ ਲੱਗਦਾ ਜੀ? 8 ਮਿੰਟ 20 ਸੈਕਿੰਡ। ਹੇਠ ਦਿੱਤਿਆਂ ਵਿੱਚੋਂ ਕਿਹੜਾ ਸੂਰਜੀ ਸਿਸਟਮ ਦਾ ਦੂਜਾ ਸਭ ਤੋਂ ਛੋਟਾ ਗ੍ਰਹਿ ਹੈ? ਸੂਰਜੀ ਸਿਸਟਮ ਦਾ ਦੂਸਰਾ ਸਭ ਤੋਂ ਛੋਟਾ ਗ੍ਰਹਿ ਹੈ। ਤੁਹਾਨੂੰ ਲਾਸਟ ਦੇ ਵਿੱਚ ਦੱਸਿਆ ਸੀਗਾ ਜਿਵੇਂ 8ਵੇਂ ਨੰਬਰ ਤੇ ਕਿਹੜਾ ਆ ਗਿਆ ਸੀ ਜੀ? ਮਰਕਰੀ ਸੀਗਾ ਸਭ ਤੋਂ ਛੋਟਾ, ਔਰ 7ਵੇਂ ਨੰਬਰ ਦਾ ਪੁੱਛਿਆ ਇਹਨਾਂ ਨੇ ਕਿਹੜਾ ਜੀ? ਉਹ ਮਾਰਸ। ਆਪਸ਼ਨ ਡੀ ਕਰੈਕਟ ਆਂਸਰ, ਮਾਰਸ। ਫੋਬਸ ਇੱਕ ਉਪਗ੍ਰਹਿ ਸੀ ਹੇਠ ਦਿੱਤਿਆਂ ਵਿੱਚੋਂ ਕਿਹੜਾ ਗ੍ਰਹਿ ਦਾ ਇਹ ਸੈਟੇਲਾਈਟ ਹੈ ਜੀ? ਫੋਬਸ ਕਹਿੰਦਾ ਜੀ ਇਹ। ਆਪਸ਼ਨ ਡੀ ਕਰੈਕਟ ਆਂਸਰ, ਮਾਰਸ ਦਾ ਇੱਕ ਗ੍ਰਹਿ, ਇੱਕ ਸੈਟੇਲਾਈਟ ਆ ਇਹਦੇ। ਦੂਜੇ ਸੈਟੇਲਾਈਟ, ਮਾਰਸ ਦੇ ਦੋ ਸੈਟੇਲਾਈਟ ਨੇ, ਇੱਕ ਫੋਬਸ ਆ, ਦੂਸਰੇ ਦਾ ਨਾਮ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਜੀ, ਕਮੈਂਟ ਬਾਕਸ ਦੇ ਵਿੱਚ ਲਾਸਟ ਤੇ ਦੱਸਣਾ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਸਾਡੇ ਸੌਰ ਮੰਡਲ ਦਾ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈ? ਸਾਡੇ ਸੌਰ ਮੰਡਲ ਦਾ ਸਭ ਤੋਂ ਛੋਟਾ ਗ੍ਰਹਿ ਕਿਹੜਾ ਜੀ? ਇਹ ਤੁਹਾਨੂੰ ਕਿਹੜਾ ਜੀ? ਆਪਸ਼ਨ ਆਪਸ਼ਨ ਸੀ ਆਏਗਾ ਜੀ ਇਹਦਾ। ਆਪਸ਼ਨ ਸੀ ਮਰਕਰੀ ਹੈ ਜਿਹੜਾ ਸਭ ਤੋਂ ਛੋਟਾ ਗ੍ਰਹਿ। ਠੀਕ ਹੈ ਜੀ, ਆਪਸ਼ਨ ਸੀ ਮਰਕਰੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਸ਼ੁੱਕਰ ਗ੍ਰਹਿ ਸਭ ਤੋਂ ਗਰਮ ਗ੍ਰਹਿ ਹੈ? ਵੀਨਸ ਇਜ ਹੋਟੈਸਟ ਪਲੈਨਟ ਡਿਊ ਟੂ, ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਇਹ ਕਾਰਬਨ ਡਾਈਆਕਸਾਈਡ ਇਹਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ, ਤਾਂ ਕਰਕੇ ਇਹ ਸਭ ਤੋਂ ਜ਼ਿਆਦਾ ਗਰਮ ਗ੍ਰਹਿ ਹੈ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ ਜੀ। ਖੇਤਰ ਦੇ ਅਨੁਸਾਰ ਸਾਡੇ ਸੂਰਜੀ ਸਿਸਟਮ ਵਿੱਚ ਧਰਤੀ ਦੀ ਗਿਣਤੀ ਕਿੰਨੀਵੀਂ ਹੈ? ਮਤਲਬ ਕਿ ਜਿਹੜੀ ਸੋਲਰ ਸਿਸਟਮ ਦੇ ਵਿੱਚ ਏਰੀਆ ਵਾਈਜ਼ ਧਰਤੀ ਦੀ ਗਿਣਤੀ ਕਿੰਨੀਵੀਂ ਹੈ ਜੀ? ਧਰਤੀ ਦੀ ਗਿਣਤੀ ਹੈਗੀ ਹੈ ਜੀ 5ਵੀਂ। ਨਵੀਂ ਹੈ ਜੀ, ਆਪਸ਼ਨ ਸੀ ਕਰੈਕਟ ਆਂਸਰ, 5th। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਇਸ ਗ੍ਰਹਿ ਨੂੰ ਵਿੰਟਰ ਪਲੈਨਟ ਵਜੋਂ ਜਾਣਿਆ ਜਾਂਦਾ ਹੈ? ਕਿਹੜੇ ਗ੍ਰਹਿ ਨੂੰ ਵਿੰਟਰ ਪਲੈਨਟ ਵਜੋਂ ਜਾਣਿਆ ਜਾਂਦਾ ਜੀ? ਇਹ ਜਾਣਿਆ ਜਾਂਦਾ ਆਪਸ਼ਨ ਬੀ ਕਰੈਕਟ ਆਂਸਰ, ਜੁਪੀਟਰ। ਵਿੰਟਰ ਪਲੈਨਟ ਕਿਹਨੂੰ ਕਹਿੰਦੇ ਆ ਜੀ? ਜੁਪੀਟਰ ਨੂੰ। ਠੰਡਾ ਗ੍ਰਹਿ ਵਿੰਟਰ ਪਲੈਨਟ, ਮਤਲਬ ਕਿ ਜਿਵੇਂ ਇੱਥੇ ਜ਼ਿਆਦਾ ਸਮਾਂ ਵਿੰਟਰ ਹੀ ਰਹਿੰਦੀ ਹੈਗੀ, ਉਹ ਕਿਹਨੂੰ ਕਹਿੰਦੇ ਆ ਜੀ? ਜੁਪੀਟਰ ਨੂੰ। ਕੋਈ ਮੌਸਮ ਚੇਂਜ ਨਹੀਂ ਹੁੰਦਾ ਜੁਪੀਟਰ ਤੇ, ਕੋਈ ਵੀ ਮੌਸਮ ਨਹੀਂ ਚੇਂਜ ਹੁੰਦਾ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਸਾਡੇ ਸੂਰਜੀ ਸਿਸਟਮ ਦਾ ਸਭ ਤੋਂ ਠੰਡਾ ਗ੍ਰਹਿ ਕਿਹੜਾ ਜੀ? ਸਭ ਤੋਂ ਜਿੱਥੇ ਮਤਲਬ ਕਿ ਸਭ ਤੋਂ ਜ਼ਿਆਦਾ ਜਿਵੇਂ ਆਪਣੇ ਨੌਰਥ ਸਾਊਥ ਪੋਲ ਤੇ ਬਹੁਤ ਜ਼ਿਆਦਾ ਠੰਡ ਪੈਂਦੀ ਹੈ ਜੀ ਵਰਲਡ ਦੇ ਵਿੱਚ, ਤੇ ਉਦਾਂ ਹੀ ਕੋਲਡੈਸਟ ਪਲੈਨਟ ਸਭ ਤੋਂ ਠੰਡਾ ਪਲੈਨਟ ਕਿਹੜਾ ਜੀ? ਇਹ ਆ ਜਾਏਗਾ ਆਪਸ਼ਨ ਏ ਕਰੈਕਟ ਆਂਸਰ, ਯੂਰੇਨਸ। ਆਪਸ਼ਨ ਏ ਕਰੈਕਟ ਆਂਸਰ, ਯੂਰੇਨਸ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਵਿਚ ਪਲੈਨਟ ਇਜ਼ ਨੋਨ ਐਜ ਗ੍ਰੀਨ ਪਲੈਨਟ?
ਕਿਸ ਗ੍ਰਹਿ ਨੂੰ ਗ੍ਰੀਨ ਪਲੈਨਟ ਕਿਹਾ ਜਾਂਦਾ ਜੀ? ਕਿਹਾ ਜਾਂਦਾ ਯੂਰੇਨਸ ਨੂੰ। ਯੂਰੇਨਸ ਨੂੰ ਕਿਆ ਕਿਹਾ ਜਾਂਦਾ ਜੀ? ਇੱਥੇ ਮਿਥੇਨ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ, ਤਾਂ ਕਰਕੇ ਇਹਨੂੰ ਗ੍ਰੀਨ ਪਲੈਨਟ ਕਿਹਾ ਜਾਂਦਾ ਹੈ। ਖਗੋਲ ਵਿਗਿਆਨੀ ਦੂਰੀਆਂ ਨੂੰ ਦਰਸਾਉਣ ਲਈ ਵਰਤੀ ਜਾਂਦੀ ਲੰਬਾਈ ਦੀ ਇੱਕ ਇਕਾਈ ਹੈ। ਮਤਲਬ ਕਿ ਜਿਹੜੀ ਇੱਕ ਗ੍ਰਹਿ ਤੋਂ ਇੱਕ ਗ੍ਰਹਿ ਦੀ ਦੂਰੀ ਮਾਪਣੀ ਹੋਵੇ ਧਰਤੀ ਤੋਂ, ਉਹ ਕਿਸ ਕਿਸ ਮਤਲਬ ਕਿ ਕਿਸ ਪੈਰਾਮੀਟਰ ਨਾਲ ਮਾਪੀ ਜਾਂਦੀ ਹੈ ਜੀ? ਇਸ ਡਿਸਟੈਂਸ ਦੇ ਵਿੱਚ ਮਾਪੀ ਜਾਂਦੀ ਹੈ, ਉਹ ਮਾਪੀ ਜਾਂਦੀ ਹੈ ਲਾਈਟ ਈਅਰ ਦੇ ਨਾਲ। ਆਪਸ਼ਨ ਬੀ ਕਰੈਕਟ ਆਂਸਰ, ਲਾਈਟ ਈਅਰ। ਸੂਰਜ ਧਰਤੀ ਤੋਂ ਲਗਭਗ ਕਿੰਨੇ ਕਿਲੋਮੀਟਰ ਦੂਰ ਹੈ? ਸੂਰਜ ਧਰਤੀ ਤੋਂ ਲਗਭਗ ਕਿੰਨੇ ਕਿਲੋਮੀਟਰ ਦੂਰ ਹੈ ਜੀ? 100-150 ਮਿਲੀਅਨ ਕਿਲੋਮੀਟਰ ਦੂਰ ਹੈ ਜੀ। ਬਟ ਕਈ ਆਪਣੀ NCERT ਦੇ ਵਿੱਚ ਸ਼ੋ ਕੀਤਾ ਹੋਇਆ ਜੀ, ਘੱਟ ਤੋਂ ਘੱਟ ਕਿੰਨੀ ਦੂਰੀ ਹੈ ਜੀ ਇਹਦੀ? 147 ਮਿਲੀਅਨ ਕਿਲੋਮੀਟਰ, ਔਰ ਵੱਧ ਤੋਂ ਵੱਧ ਕਿੰਨੀ ਹੈ ਜੀ? 152 ਮਿਲੀਅਨ ਕਿਲੋਮੀਟਰ। ਔਰ ਇਹਦੇ ਵਿਚਲਾ ਦੂਰੀ ਜਿਹੜੀ ਇਹਨਾਂ ਦੋਨਾਂ ਦੀ ਵਿਚਲੀ ਦੂਰੀ ਇਹਦਾ ਲਿਖੀ ਹੋਈ ਹੈਗੀ, ਅਪਰੋਕਸੀਮੇਟ ਦੂਰੀ ਲਿਖੀ ਹੋਈ ਆ 150 ਮਿਲੀਅਨ। ਹੇਠ ਦਿੱਤਿਆਂ ਵਿੱਚੋਂ ਕਿਹੜਾ ਬਾਹਰੀ ਗ੍ਰਹਿ ਜਾਂ ਗੈਸੀ ਗ੍ਰਹਿ ਹੈ, ਵਿਸ਼ਾਲ ਗ੍ਰਹਿ ਨਹੀਂ ਹੈ? ਵਿਚ ਇਸ ਫੋਲੋਇੰਗ ਇਜ਼ ਨੋਟ ਆਊਟਰ ਪਲੈਨਟ ਔਰ ਗੈਸੇਸ ਪਲੈਨਟ ਔਰ ਗੈਂਟ ਪਲੈਨਟ? ਕਿਹੜਾ ਨਹੀਂ ਹੈ ਜੀ ਬਾਹਰੀ ਗ੍ਰਹਿ ਜਾਂ ਗੈਸੀ ਪਲੈਨਟ? ਇਹਦਾ ਕੀ ਆਂਸਰ ਆ ਜਾਏਗਾ ਜੀ? ਸੈਟਰਨ ਵੀ ਹੈਗਾ, ਯੂਰੇਨਸ ਵੀ ਹੈਗਾ, ਨੈਪਚੂਨ ਵੀ ਹੈਗਾ, ਔਰ ਜੁਪੀਟਰ ਵੀ ਬਾਹਰੀ ਗ੍ਰਹਿ ਆ, ਔਰ ਜਿਹੜੀ ਅਰਥ ਹੈਗੀ ਇਹ ਇੰਟਰਨਲ ਗ੍ਰਹਿ ਹੈਗੀ ਹੈ। ਆਪਸ਼ਨ ਏ ਕਰੈਕਟ ਆਂਸਰ, ਅਰਥ। ਵਿਚ ਆਫ ਦੀ ਫੋਲੋਇੰਗ ਪਲੈਨਟ ਹੈਜ਼ ਨੋ ਸੈਟੇਲਾਈਟ ਆਫ ਇਟਸ ਓਨ? ਹੇਠ ਦਿੱਤੇ ਗ੍ਰਹਿ ਵਿੱਚੋਂ ਕਿਸ ਗ੍ਰਹਿ ਦੀ ਆਪਣੀ ਕੋਈ ਉਪਗ੍ਰਹਿ ਨਹੀਂ ਹੈ? ਕਹਿੰਦਾ ਨਹੀਂ ਕੋਈ ਉਪਗ੍ਰਹਿ ਹੈਗਾ ਜੀ, ਮਰਕਰੀ ਦਾ। ਆਪਸ਼ਨ ਸੀ ਕਰੈਕਟ ਆਂਸਰ, ਮਰਕਰੀ। ਹੇਠ ਦਿੱਤਿਆਂ ਵਿੱਚੋਂ ਕਿਸ ਨੂੰ ਧਰਤੀ ਦਾ ਜੁੜਵਾਂ ਮੰਨਿਆ ਜਾਂਦਾ ਜੀ? ਕਿਹਨੂੰ ਧਰਤੀ ਦਾ ਜੁੜਵਾਂ ਮੰਨਿਆ ਜਾਂਦਾ ਜੀ? ਆਪਸ਼ਨ ਬੀ ਕਰੈਕਟ ਆਂਸਰ, ਵੀਨਸ ਨੂੰ। ਵੀਨਸ ਹੀ ਜਿਹੜਾ ਧਰਤੀ ਦੇ ਬਰਾਬਰ ਹੈਗਾ। ਦੀ ਅਰਥ ਇਜ਼ ਟਾਈਟਲਡ ਔਨ ਦੀ ਐਕਸਿਸ, ਮਤਲਬ ਕਿ ਜਿਹੜੀ ਆਪਣੀ ਧਰਤੀ ਹੈਗੀ ਆਪਣੇ ਧੁਰੇ ਤੋਂ ਕਿੰਨੇ ਐਂਗਲ 'ਤੇ ਟੇਢੀ ਹੈ ਜੀ? ਕਿੰਨੇ ਐਂਗਲ 'ਤੇ ਟੇਢੀ ਹੈ ਜੀ? ਇਹ ਹੈਗੀ ਆ 23.50 ਡਿਗਰੀ, 23.50 ਡਿਗਰੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਜੇ ਪੁੱਛ ਲਏ ਕਿ ਧਰਤੀ ਆਪਣੇ ਪਲੇਨ ਤੋਂ ਕਿੰਨੇ ਡਿਗਰੀ ਉਹ ਟੇਢੀ ਹੈਗੀ ਜੀ? ਜਿਹੜੀ ਉਹ ਹੈਗੀ ਆ 66.50 ਡਿਗਰੀ। ਸ਼ਾਇਦ ਅੱਗੇ ਕੁਸ਼ਚਨ ਹੋਵੇਗਾ ਇਹ, ਦੇਖੋ ਜੀ ਧਰਤੀ ਕਿੰਨੀ ਹੈ ਜੀ? 23.50 ਡਿਗਰੀ ਆਪਣੇ ਐਕਸਿਸ ਤੋਂ, ਔਰ ਪਲੇਨ ਤੋਂ ਕਿੰਨੀ ਹੈ ਜੀ? 66.50 ਡਿਗਰੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਧਰਤੀ ਸੂਰਜ ਦੇ ਦੁਆਲੇ ਇੱਕ ਚੱਕਰ ਕਿੰਨੇ ਦਿਨਾਂ ਵਿੱਚ ਪੂਰਾ ਕਰ ਲੈਂਦੀ ਹੈ ਜੀ? ਧਰਤੀ ਕਿੰਨੇ ਦਿਨਾਂ ਦੇ ਵਿੱਚ ਪੂਰਾ ਕਰਦੀ ਹੈ? 365-6 ਘੰਟੇ। ਤਾਂ ਹੀ 4 ਸਾਲਾਂ ਬਾਅਦ ਕੀ ਬਣਦਾ ਜੀ? ਲੀਪ ਸਾਲ ਬਣਦਾ। 4 ਈਅਰਸ ਬਾਅਦ ਲੀਪ ਸਾਲ ਬਣਦਾ, ਠੀਕ ਹੈ ਜੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਹੇਠ ਦਿੱਤਿਆਂ ਵਿੱਚੋਂ ਕਿਹੜਾ ਸੂਰਜੀ ਸਿਸਟਮ ਦਾ ਦੂਜਾ ਸਭ ਤੋਂ ਛੋਟਾ ਗ੍ਰਹਿ ਹੈ? ਸੂਰਜੀ ਸਿਸਟਮ ਦਾ ਦੂਜਾ ਸਭ ਤੋਂ ਛੋਟਾ ਗ੍ਰਹਿ ਕਿਹੜਾ ਗਾ ਜੀ? ਪਹਿਲੇ ਤੇ ਕਿਹੜਾ ਸੀਗਾ ਜੀ? ਅੱਠਵੇਂ ਨੰਬਰ ਤੇ ਕਿਹੜਾ ਸੀਗਾ ਸਭ ਤੋਂ ਛੋਟਾ ਗ੍ਰਹਿ ਕਿਹੜਾ ਜੀ? ਮਰਕਰੀ। 7ਵੇਂ ਨੰਬਰ ਤੇ ਕਿਹੜਾ ਜੀ? ਮਾਰਸ। ਕੀ ਆਂਸਰ ਆ ਜਾਏਗਾ ਇਹਦਾ? ਮਾਰਸ। ਆਪਸ਼ਨ ਈ ਕਰੈਕਟ ਆਂਸਰ, ਮਾਰਸ। ਇਹ ਦੇਖੋ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਏਰੀਆ, ਆਪਣੇ ਏਰੀਆ ਵਾਈਜ਼ ਪਹਿਲੇ ਤੇ ਜੁਪੀਟਰ, ਦੂਜੇ ਸੈਟਰਨ, ਤੀਸਰੇ ਤੇ ਯੂਰੇਨਸ, ਚੌਥੇ ਤੇ ਨੈਪਚੂਨ, ਪੰਜਵੇਂ ਤੇ ਧਰਤੀ, ਛੇਵੇਂ ਤੇ ਵੀਨਸ, 7ਵੇਂ ਤੇ ਮਾਰਸ, ਔਰ 8ਵੇਂ ਤੇ ਮਰਕਰੀ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ।
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸੂਰਜੀ ਸਿਸਟਮ ਦਾ ਸਭ ਤੋਂ ਵੱਡਾ ਉਪਗ੍ਰਹਿ ਹੈ? ਕਿਹੜਾ ਜੀ ਸੂਰਜੀ ਸਿਸਟਮ ਦਾ ਸਭ ਤੋਂ ਵੱਡਾ ਉਪਗ੍ਰਹਿ? ਇਹ ਹੈਗਾ ਫੋਬਸ। ਕਿਹੜਾ ਜੀ? ਆਪਸ਼ਨ ਬੀ ਕਰੈਕਟ ਆਂਸਰ, ਫੋਬਸ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਯੂਰੇਨਸ ਨੂੰ ਹਰੇ ਗ੍ਰਹਿ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਕਿਉਂ ਜਾਣਿਆ ਜਾਂਦਾ ਜੀ ਯੂਰੇਨਸ ਨੂੰ? ਤੁਹਾਨੂੰ ਜਿਵੇਂ ਦੱਸਿਆ ਸੀ ਇੱਥੇ ਸਭ ਤੋਂ ਜ਼ਿਆਦਾ ਮਥੇਨ ਪਾਈ ਜਾਂਦੀ ਹੈ। ਅਗਲੇ ਕੁਸ਼ਚਨ ਵੱਲ ਚੱਲਦੇ ਹਾਂ। ਅੱਜ ਦੀ ਕਲਾਸ ਆਪਣੀ ਇੰਨੀ ਰਹੇਗੀ। ਜੇਕਰ ਤੁਸੀਂ ਸਾਨੂੰ ਆਫਲਾਈਨ ਜੁੜਨਾ ਚਾਹੁੰਦੇ ਹੋ ਤਾਂ ਜੁੜ ਸਕਦੇ ਹੋ, ਵਿਕਟਰੀ ਵੇ ਪੰਜਾਬ, ਨੀਅਰ ਪੰਜਾਬ ਨੈਸ਼ਨਲ ਬੈਂਕ, ਮੇਨ ਬ੍ਰਾਂਚ, ਫਰੀਦਕੋਟ। ਬਟ ਜੇਕਰ ਤੁਸੀਂ ਸਾਨੂੰ ਯੂਟਿਊਬ ਤੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਵਿਕਟਰੀ ਵੇ ਪੰਜਾਬ ਦੇ ਜੁਆਇਨ ਕਰ ਸਕਦੇ ਹੋ। ਇਸ ਦੀ PDF ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲੇਗੀ। ਇੱਕ ਦੋ ਟੈਲੀਗ੍ਰਾਮ ਗਰੁੱਪ ਨੇ, ਇੱਕ ਵਿਕਟਰੀ ਵੇ ਪੰਜਾਬ ਔਰ ਵਿਕਟਰੀ ਵੇ ਪੰਜਾਬ PDF। ਤੇ ਜਲਦੀ ਤੋਂ ਜਲਦੀ ਜਾ ਕੇ ਟੈਲੀਗ੍ਰਾਮ ਜੁਆਇਨ ਕਰ ਲਓ ਤਾਂ ਜੋ ਤੁਹਾਨੂੰ ਸਾਰਾ ਮਟੀਰੀਅਲ ਉੱਥੇ ਮਿਲਦਾ ਰਹੇ। ਇਹ ਕਲਾਸ ਤੁਹਾਡੀ ਬਹੁਤ ਮਹੱਤਵਪੂਰਨ ਹੋਵੇਗੀ ਪੇਪਰ ਦੇ ਪੁਆਇੰਟ ਆਫ ਵਿਊ ਨਾਲ। ਜਿੰਨੇ ਵੀ ਸੋਲਰ ਸਿਸਟਮ ਦੇ ਕੁਐਸਚਨ ਬਣਦੇ ਸੀਗੇ ਉਹ ਤੁਹਾਨੂੰ ਅੱਜ ਕਰਾ ਦਿੱਤੇ ਨੇ। ਅਗਲੀ ਕਲਾਸ ਬਹੁਤ ਜਲਦੀ ਜੋਗ੍ਰਾਫੀ ਦੀ ਲੈ ਕੇ ਆਵਾਂਗੇ। ਧੰਨਵਾਦ ਜੀ।